कलाकार लिखती है ना वो ना सिफारिश लिखती है ना वो पैसे लेके लिखती है जिन्हें काम नूं पसंद कर देने तो मिलना आए हो तुहाडे नाल गल्लां हो रही ने इतनी वधिया गल की सर फिल्मा कर लिया सफर बड़ा लंबा तय कर लिया बड़ी लुक दिया जान पछाण बना ली ओदा राणा रणवीर शायर है कि अदाकार सुधारण बच्चा धूरी दा अपनियां गल्लां लिखदा डायरी ते फिर जोर जोर के कविता जी लिखण लग गया उहनां दिनां दी कि मैनूं नानक मत्तां देम ते मेरी पिठ ते खड़े फरीद मैनूं मिलण सुर मरदाने मैं लालो भगत मरीद मेरी धौण च दुला झाकदा मेरे मौरी बुड़के मौत मेरी हिम्मत सिंह रणजीत मैं दुश्मन दया मरूप मैनू वधिया लगदा उह जदों मेरे हिस्से आउंदा लिखणा एक शायर भी हो फिल्मां भी कर लिया स्क्रिप्ट भी लिख ली डायलॉग भी लिख ली इस सारे कासे तो हुण तक तुसीं सैटिस्फाई हो तसली जिहड़ी हो जाणी तसली टोपियां दी हुंदी है नदियां दी तसली नहीं दिंदी आमिर खान होरां ने डायलॉग दा सद्दा जो आया था इत्थों मैं दो बार उन्हां को गया लाल सिंह चड्डा के पंजाबी डायलॉग लिखे तो उहदे विच मैनूं इक गल बहुत चीज़ां ने पर उन्हां नाल समां बहुत बिताउण दा मौका मिलिया वो एक फिल्म दे विच बार बार कहिंदे ने आहो आहो जी आहो तो जो मैं पहली बार शब्द आहो लिखिया सी मैनूं कहिंदे वट ये क्या है आहो क्या है मैं कहा सर यस हाँ जी पर किन्नी देर फर्श ते गिड़े गड़ी आहो आहो यार ये अच्छा साउंड करता है इस पर तो फिल्म का टाइटल भी बन सकता है आहो ਲੋਕਾਂ ਨੇ ਸ਼ੈਂਪੀ ਨੂੰ ਬਹੁਤ ਯਾਦ ਸ਼ੈਂਪੀ ਨੂੰ ਬਹੁਤ ਯਾਦ ਕਰਦੇ ਕਈ ਮੇਰਾ ਨਾਂ ਨਹੀਂ ਜਾਣਦੇ ਮੈਨੂੰ ਤੁਹਾਡਾ ਨਾਂ ਕੀ ਹੈ ਸ਼ੈਂਪੀ ਮੈਂ ਕਿਹਾ ਮੈਨੂੰ ਰਾਣਾ ਮੈਂ ਛੋਟੇ ਕੱਦ ਕਰਕੇ ਬੜਾ ਝਿਜਕ ਮਹਿਸੂਸ ਕਰਦਾ ਹੁੰਦਾ ਬੀ ਏ ਵਨ ਤੱਕ ਤਾਂ ਬਹੁਤ ਜ਼ਿਆਦਾ ਰਿਹਾ ਬੀ ਏ ਵਨ ਤੱਕ ਤਾਂ ਮੈਂ ਆਪਣੇ ਆਪ ਨੂੰ ਗਾਲਾਂ ਵੀ ਕੱਢਦਾ ਰਿਹਾ ਮੈਂ ਇਹ ਗਿਲਟ ਫੀਲ ਕਰਦਾ ਰਿਹਾ ਮੈਂ ਗੁਰਦੁਆਰਿਆਂ 'ਚ ਮੱਸਿਆ ਸੁੱਕਦਾ ਰਿਹਾ ਮੇਰਾ ਕੱਦ ਵਧਾ ਦੇ ਇਹ ਕਰਦੇ ਉਹ ਪੜ੍ਹਾਈ ਕਰਨੀ ਧਿਆਨ ਨਹੀਂ ਹੁੰਦਾ ਸੀ ਮੇਰੇ ਲਈ ਕੱਦ ਹੀ ਕੱਦ ਹੁੰਦਾ ਸੀ ਕੱਦ ਹੋਣਾ ਸੋਹਣਾ ਹੋਣਾ ਬਹੁਤ ਵੱਡੀ ਗੱਲ ਹੈ ਜੇ ਕਿਤੇ ਕਹਿੰਦੇ ਹੁੰਦੇ ਵੀ ਰੱਬ ਪਿਛਲਾ ਦਾ ਪਹਿਲਾਂ ਵੀ ਤੂੰ ਮਾਸਟਰ ਮੋਹਨ ਸਿੰਘ ਦੇ ਘਰੇ ਧੂਰੀ ਜਾਣ ਮੈਂ ਕਦੇ ਮੰਨਦਾ ਮੈਂ ਤਾਂ ਕਹਿਣਾ ਸੀ ਨਾ ਮੈਨੂੰ ਸਵਿਟਜ਼ਰਲੈਂਡ ਭੇਜੋ ਕਿਸੇ ਗੋਰੇ ਦੇ ਪੰਜਾਬ ਛੱਡਿਆ ਵਤਨ ਛੱਡਿਆ ਕੈਨੇਡਾ ਗਿਆ ਕੁਛ ਹੁਰਾ ਤਾਂ ਨਹੀਂ ਕੁਛ ਕਿਦਾਂ ਮੈਂ ਜਦੋਂ ਦਾ ਪੰਜਾਬ ਛੱਡ ਕੇ ਆਇਆ ਪਹਿਲਾਂ ਵੀ ਮੈਂ ਮਨੁੱਖਤਾਵਾਦੀ ਸੀਗਾ ਹੁਣ ਮੈਂ ਬਹੁਤ ਜ਼ਿਆਦਾ ਮਨੁੱਖਤਾਵਾਦੀ ਹੋ ਗਿਆ ਰਾਣਾ ਜੀ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਅਤੇ ਧੰਨਵਾਦ ਕਿ ਤੁਹਾਡੇ ਨਾਲ ਗੱਲ ਕਰਨ ਦਾ ਆਪਣੇ ਪੱਤਰਕਾਰੀ ਦੇ ਖੇਤਰ 'ਚ ਪਹਿਲੀ ਵਾਰੀ ਮੌਕਾ ਮਿਲ ਗਿਆ ਮੇਰੇ ਧੰਨਵਾਦ ਮੈਨੂੰ ਮੈਂ ਬਹੁਤ ਖੁਸ਼ ਹਾਂ ਕਿ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਮੈਂ ਤਾਂ ਤੁਹਾਡਾ ਲਿਖਿਆ ਪੜ੍ਹਦਾ ਹੁਣ ਤੱਕ ਪੜ੍ਹਦਾ ਕਾਲਜ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਤਾਂ ਤੁਹਾਡੇ ਫੈਨ ਹਾਂ ਤੁਹਾਡੀਆਂ ਲਿਖਤਾਂ ਔਰ ਕਹਿੰਦੇ ਵੀ ਭੋਰਾ ਸਾਹਿਬ ਦੀ ਕਲਮ ਜਿਸ ਕਲਾਕਾਰ ਲਈ ਲਿਖਦੀ ਹੈ ਤਾਂ ਉਹ ਨਾ ਸਿਫਾਰਿਸ਼ ਲਈ ਲਿਖਦੀ ਹੈ ਨਾ ਉਹ ਪੈਸੇ ਲੈ ਕੇ ਲਿਖਦੀ ਹੈ ਉਹ ਤਾਂ ਜਿਹਨੇ ਕੰਮ ਨੂੰ ਪਸੰਦ ਕਰਦੇ ਨਾਲੇ ਤੁਸੀਂ ਤਾਂ ਮਿਲਣ ਆਏ ਹੋ ਤੁਹਾਡੇ ਨਾਲ ਗੱਲਾਂ ਹੋ ਰਹੀਆਂ ਨੇ ਇੱਦੂ ਵਧੀਆ ਗੱਲ ਕੀ ਹੋ ਸਰ ਰਾਣਾ ਜੀ ਮੈਨੂੰ ਵੈਸੇ ਪਹਿਲਾਂ ਬਹੁਤ ਚੰਗਾ ਲੱਗਾ ਵੀ ਤੁਸੀਂ ਆਰਟਿਸਟ ਹੋ ਫਿਰ ਮੈਨੂੰ ਬੜੀ ਚਿਰ ਬਾਅਦ ਪਤਾ ਲੱਗਾ ਕਿ ਤੁਸੀਂ ਸ਼ਾਇਰ ਵੀ ਹੋ ਜੀ ਅੱਛਾ ਫਿਰ ਮੈਨੂੰ ਉਸ ਤੋਂ ਵੀ ਚੰਗਾ ਲੱਗਾ ਕਿ ਤੁਸੀਂ ਸ਼ਾਇਰ ਵੀ ਬਹੁਤ ਵਧੀਆ ਹੋ ਅਤੇ ਫਿਰ ਉਦੋਂ ਵੀ ਜ਼ਿਆਦਾ ਜਿਹੜਾ ਸਭ ਤੋਂ ਚੰਗਾ ਲੱਗਾ ਕਿ ਤੁਹਾਡੀਆਂ ਸ਼ਾਇਰਾਨਾ ਲਿਖਤਾਂ ਦੇ ਵਿਸ਼ੇ ਵਸਤੂ ਜਿਹੜੇ ਆ ਉਹ ਵੱਖ ਅਤੇ ਉੱਦਾਂ ਇੰਨੀਆਂ ਫਿਲਮਾਂ ਕਰ ਲਈਆਂ ਗੱਲ ਕਰਦੇ ਫਿਲਮਾਂ ਦੀ ਵੀ ਬੜੀਆਂ ਫਿਲਮਾਂ ਕਰ ਲਈਆਂ ਸਫ਼ਰ ਬੜਾ ਲੰਬਾ ਤੈਅ ਕਰ ਲਿਆ ਬੜੀ ਲੋਕੀਆ ਜਾਣ ਪਛਾਣ ਬਣਾ ਲਈ ਉੱਦਾਂ ਰਾਣਾ ਰਣਵੀਰ ਸ਼ਾਇਰ ਹੈ ਕਿ ਅਦਾਕਾਰ ਪਹਿਲਾਂ ਤਾਂ ਮੈਂ ਅਦਾਕਾਰ ਹਾਂ ਅਤੇ ਕਿਉਂਕਿ ਅਦਾਕਾਰੀ ਦਾ ਮੈਨੂੰ ਸ਼ੁਰੂ ਤੋਂ ਹੀ ਸੀਗਾ ਲਲਕ ਰਾਮਲੀਲਾ ਦੇਖਣ ਦਾ 8ਵੀਂ 9ਵੀਂ ਕਲਾਸ ਤੋਂ ਕਦੇ ਮੇਰੇ ਅੰਦਰ ਹੌਂਸਲਾ ਨਹੀਂ ਪੈਂਦਾ ਸੀ ਜਾਣ ਦਾ ਸਟੇਜ ਦੇ ਉੱਤੇ ਮੈਂ ਛੋਟੇ ਕੱਦ ਕਰਕੇ ਬੜਾ ਝਿਜਕ ਮਹਿਸੂਸ ਕਰਦਾ ਹੁੰਦਾ ਅਤੇ ਫਿਰ ਜਿਹੜੇ ਲੇਖਕ ਵਾਲੀ ਗੱਲ ਹੈ ਮੈਂ ਡਾਇਰੀ ਲਿਖਣੀ ਸ਼ੁਰੂ ਕੀਤੀ ਕਾਲਜ ਜਾ ਕੇ ਮੇਰੀ ਝਿਜਕ ਨਿਕਲੀ ਆਪਣੀ ਪੜ੍ਹਾਸ ਕੱਢੀ ਕਿਤਾਬਾਂ ਪੜ੍ਹ ਕੇ ਹੌਂਸਲਾ ਆਇਆ ਉਹਦੇ ਨਾਲ ਅਦਾਕਾਰ ਹੋਰ ਜਾਗਿਆ ਸੋ ਮੇਨ ਪਹਿਲਾਂ ਤਾਂ ਅਦਾਕਾਰ ਹੀ ਹੈ ਪਰ ਅਦਾਕਾਰ ਨੂੰ ਜਗਾਉਣ ਵਾਲਾ ਉਹ ਮੇਰੀ ਕਲਮ ਹੈ ਲੇਖਕ ਹੈ ਇੱਕ ਸਧਾਰਨ ਬੱਚਾ ਧੂਰੀ ਦਾ ਆਪਣੀਆਂ ਗੱਲਾਂ ਲਿਖਦਾ ਡਾਇਰੀ 'ਤੇ ਫਿਰ ਜੋੜ ਜੋੜ ਕੇ ਕਵਿਤਾ ਜੀ ਲਿਖਣ ਲੱਗ ਗਿਆ ਉਹਨਾਂ ਦਿਨਾਂ ਦੀ ਕਿਸੇ ਮੁੰਡੇ ਨੇ ਕੋਈ ਕਿੱਸਾ ਸੁਣਾ ਤਾ ਵੀ ਮੈਨੂੰ ਮੇਰੀ ਮਸ਼ੂਕ ਧੋਖਾ ਦੇ ਗਈ ਕੋਈ ਕੁੜੀ ਨੇ ਕਿੱਸਾ ਸੁਣਾ ਤਾ ਉਹਨਾਂ ਦਾ ਕੁਛ ਕਵਿਤ ਜੋੜ ਲਿਆ ਸੋ ਇੱਦਾਂ ਹੀ ਹੈ ਪਰ ਪਹਿਲਾਂ ਅਦਾਕਾਰ ਨਹੀਂ ਇੱਕ ਹੋਰ ਵੀ ਜਿਹੜਾ ਤੁਹਾਡੇ ਕੋਲ ਖਾਸ ਗੁਣ ਹੈ ਵੀ ਚਲੋ ਅਦਾਕਾਰੀ ਵੀ ਕਰਦੇ ਹੋ ਸ਼ਾਇਰ ਵੀ ਹੋ ਪਰ ਜਿਹਨੂੰ ਤੁਸੀਂ ਸਕ੍ਰਿਪਟ ਡਾਇਲੋਗ ਉਹ ਜਿਹੜਾ ਜਿਹੜੀਆਂ ਫਿਲਮਾਂ 'ਤੇ ਤੁਸੀਂ ਲਿਖੇ ਆ ਉਹ ਬਹੁਤਿਆਂ ਨੂੰ ਜ਼ਬਾਨੀ ਯਾਦ ਨੇ ਇਹ 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 ਵੀ ਇੱਕ ਮੇਰੇ ਖਿਆਲ 'ਚ ਸਾਰਿਆਂ 'ਚ ਤਾਂ ਨਹੀਂ ਗੁਣ ਹੁੰਦਾ
ਮੈਨੂੰ ਵਧੀਆ ਲੱਗਦਾ ਉਹ ਜਦੋਂ ਮੇਰੇ ਹਿੱਸੇ ਆਉਂਦਾ ਲਿਖਣਾ। ਉਹ ਨਾਟਕ ਕਰਦੇ ਹੋਏ ਜਦੋਂ ਮੈਂ ਥੀਏਟਰ ਐਂਡ ਟੈਲੀਵਿਜ਼ਨ ਦੀ ਐਮਏ ਕਰ ਰਿਹਾ ਸੀ ਤਾਂ ਇੱਕ ਨਾਟਕ ਠੀਕ ਕਰਨਾ ਸੀ ਆਈਸੀ ਨੂੰ, ਤਾਂ ਉਹਨਾਂ ਦਾ ਠੀਕ ਕੀ ਕਰਨਾ ਸੀ, ਵਧਾਉਣਾ ਸੀਗਾ। ਉਹ 35 ਮਿੰਟ ਦਾ 30 ਮਿੰਟ ਦਾ ਨਾਟਕ ਸੀ, ਉਹ ਕਹਿੰਦੇ ਸੀ ਡਾਕਟਰ ਗੁਰਚਰਨ ਕਹਿੰਦੇ ਵੀ 1.5 ਘੰਟੇ ਦਾ ਨਾਟਕ ਕਰਨਾ। ਸੋ ਪੁੱਤਰ ਘਰ ਆਇਆ ਨਾਟਕ ਸੀ, ਉਹ ਨਾਟਕ ਲਈ ਪੋਇਟਰੀ ਲਿਖੀ, ਕੁਛ ਡਾਇਲੋਗ ਲਿਖੇ, ਮੇਰੇ ਸੀਨੀਅਰ ਵੀ ਲਿਖ ਰਹੇ ਸੀ ਨਾਲ। ਉੱਥੋਂ ਮੈਨੂੰ ਨਾਟਕ ਦੇ ਕਰਾਫਟ ਦਾ ਪਤਾ ਲੱਗਣ ਲੱਗਿਆ। ਕਰਦਾ ਤਾਂ ਸੀਗਾ, ਨਾਟਕ ਪੜ੍ਹਦਾ ਸੀ, ਪਰ ਕਿਵੇਂ ਵਿਉਂਤਿਆ ਜਾਂਦਾ। ਫਿਰ ਨਵਨਿੰਦਰਾ ਵਹਿਲ ਮੈਡਮ ਹੋਰਾਂ ਨੇ ਮੇਰੇ ਤੋਂ ਨਾਟਕ ਲਗਵਾਇਆ, ਭਾਬੀ ਮੈਣਾ, ਉਹਨਾਂ ਦੇ ਵਿੱਚ ਮੈਂ ਸਕ੍ਰਿਪਟ ਦੇ ਵਿੱਚ ਸਹਾਈ ਹਾਂ। ਫਿਰ ਨਾਟਕ ਲਿਖਦੇ ਲਿਖਦੇ ਫਿਰ ਪਹਿਲਾਂ ਮੈਨੂੰ ਇੱਕ ਵਾਰ ਸੀਰੀਅਲ ਲਿਖਣ ਨੂੰ ਦਿੱਤਾ ਸੀ ਗੁਰਵੀਰ ਗਰੇਵਾਲ, ਉਹਨਾਂ ਨੇ ਪਰਛਾਂ। ਸੋ ਇੱਦਾਂ ਮੇਰਾ ਰਾਹ ਸ਼ੁਰੂ ਹੋਇਆ। ਅਤੇ ਪਰ ਜਿਹੜਾ ਨਾਟਕ ਸਕ੍ਰਿਪਟ ਲਿਖਦਾ ਹੁਣ ਫਿਲਮਾਂ ਲਈ ਜਾਂ ਸ਼ਾਰਟ ਫਿਲਮਾਂ ਲਿਖਦਾ ਜਾਂ ਮੈਂ ਆਪਣੇ ਨਾਟਕ ਲਿਖਦਾ ਆਪਣੇ, ਤਾਂ ਮੈਨੂੰ ਲੱਗਦਾ ਕਿ ਮੈਂ ਬਹੁਤ ਜ਼ਿੰਦਗੀਆਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਦਾ, ਬਹੁਤ ਜ਼ਿੰਦਗੀਆਂ ਹੰਢਾਉਣ ਦਾ ਮੌਕਾ ਮਿਲਦਾ। ਇਸੇ ਕਰਕੇ ਮੇਰੇ ਕੋਲ ਜੇ ਬਹੁਤ ਜ਼ਿਆਦਾ ਕੋਈ ਵਿਪਤਾ ਜਾਂ ਆ ਜਾਏ, ਕੋਈ ਘੇਰਾ ਆ ਜਾਏ, ਹਨੇਰਾ ਆ ਜਾਏ, ਉਹ ਮੈਨੂੰ ਜ਼ਿਆਦਾ ਘੇਰਦਾ ਨਹੀਂ, ਉਹ ਟੈਨਸ਼ਨ ਨਹੀਂ ਦਿੰਦਾ ਜ਼ਿਆਦਾ, ਕਿਉਂਕਿ ਮੇਰੀ ਪੜਾਸ ਮੇਰੇ ਡਾਇਲੋਗਸ ਰਾਹੀਂ ਕਰੈਕਟਰ ਰਾਹੀਂ ਨਿਕਲਦੀ। ਜੀ ਮੈਂ ਇੱਕ ਨਾ ਇੱਕ ਸਿਲੈਕਸ਼ਨ ਕਮੇਟੀ 'ਚ ਸੀਗਾ ਕਿਸੇ ਨੌਕਰੀ ਲਈ, ਇੱਕ ਮੈਂ ਕਿਉਂਕਿ ਮੈਂ ਕਲਾ ਨੂੰ ਪਿਆਰ ਕਰਨ ਵਾਲਾ ਬੰਦਾ, ਸੰਗੀਤ ਨੂੰ ਨਾ, ਮੈਨੂੰ ਲੱਗੇ ਵੀ ਜਿਹੜਾ ਬੰਦਾ ਮੇਰੇ ਕੋਲ ਸੀ ਐਕਸਟਰਾ ਕਰਿਕੁਲਰ ਐਕਟੀਵਿਟੀਜ਼ ਆ ਜਿਹੜੇ ਨੰਬਰ ਦੇਣੇ ਹੁੰਦੇ ਨਾ, ਉਹ ਵੱਧ ਘੱਟ ਉਹਨਾਂ ਨਾਲ ਕਈ ਵਾਰ ਜ਼ਿੰਦਗੀ ਦਾ ਡਿਸੀਜਨ ਹੀ ਹੋ ਜਾਂਦਾ। ਮੈਨੂੰ ਬੰਦਾ ਬੜਾ ਪਿਆਰਾ ਲੱਗਦਾ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹਨੂੰ ਇੱਕੋ ਹੀ ਗੱਲ ਪੁੱਛਣੀ ਆ, ਮੈਂ ਕਿਹਾ ਤੈਨੂੰ ਨੱਚਣਾ ਆਉਂਦਾ? ਕਹਿੰਦਾ ਸਰ ਮੈਨੂੰ ਗਾਉਣਾ ਵੀ ਆਉਂਦਾ। ਤੁਸੀਂ ਦੇਖੋ ਭਈ ਮੈਂ ਉਹਦੀ ਸਿਫਾਰਿਸ਼ ਕਰਨ ਵਾਲਿਆਂ 'ਚ, ਮੈਂ ਉਹਨੂੰ ਇੱਕ ਸਵਾਲ ਕੀਤਾ, ਉਹਨੇ 2 ਦੇ ਜਵਾਬ ਦਿੱਤੇ। ਸੋ ਮੈਂ ਉਹ ਬਾਅਦ 'ਚ ਮੈਨੂੰ ਪਤਾ ਲੱਗਾ ਕਿ ਉਹ ਹੁਣ ਵੇਰਵਾ ਤਾਂ ਨਹੀਂ ਦੇਣਾ ਕਿ ਉਹ ਵਧੀਆ ਥੀਏਟਰ ਦਾ ਆਰਟਿਸਟ ਹੈ, ਮਤਲਬ ਤੁਸੀਂ ਸ਼ਾਇਰ ਵੀ ਹੋ, ਫਿਲਮਾਂ ਵੀ ਕਰ ਲਈਆਂ, ਸਕ੍ਰਿਪਟ ਵੀ ਲਿਖ ਲਈ, ਡਾਇਲੋਗ ਵੀ ਲਿਖ ਲਏ, ਤੁਹਾਨੂੰ ਜਿੰਨਾ ਕੁ ਹੁਣ ਤੱਕ ਕੰਮ ਕਰ ਲਿਆ ਉਹਦੇ ਸਾਰੇ ਤੋਂ ਅਸੀਸ ਫਿਲਮ ਜਾਂ ਕਈ ਫਿਲਮਾਂ ਜਿਹੜੀਆਂ ਤੁਸੀਂ ਆਪ ਵੀ ਬਣਾਈਆਂ, ਬੜਾ ਜ਼ਿਕਰ ਕੀਤਾ ਜਾ ਸਕਦਾ, ਇਸ ਸਾਰੇ ਕਾਸੇ ਤੋਂ ਹੁਣ ਤੱਕ ਤੁਸੀਂ ਸੈਟਿਸਫਾਈਡ ਹੋ? ਨਹੀਂ, ਮੈਂ ਇਹ ਕਹਿੰਦਾ ਹੁੰਦਾ ਮੇਰਾ ਵੀ ਤਸੱਲੀ ਜਿਹੜੀ ਹੋ ਜਾਣੀ, ਤਸੱਲੀ ਟੋਬਿਆਂ ਦੀ ਹੁੰਦੀ ਹੁੰਦੀ ਹੈ, ਨਦੀਆਂ ਦੀ ਤਸੱਲੀ ਨਹੀਂ ਹੁੰਦੀ। ਨਦੀਆਂ 'ਚ ਸਬਰ ਵੀ ਬਹੁਤ ਵੱਡਾ ਹੁੰਦਾ, ਨਦੀ ਕਿਤੇ ਬਹੁਤ ਭਰ ਕੇ ਚੱਲਦੀ ਹੈ, ਕਿਤੇ ਵਿਰਲੀ ਵਿਰਲੀ ਚੱਲਦੀ ਹੈ, ਕਿਤੇ ਤੁਹਾਡਾ ਪੰਜਾ ਵੀ ਨਹੀਂ ਡੁੱਬਦਾ, ਕਿਤੇ ਤੁਸੀਂ ਲੱਖ ਲੱਖ ਤੱਕ ਡੁੱਬ ਜਾਂਦੇ ਹੋ, ਕਦੇ ਤੁਹਾਡੇ ਸਿਰ ਦੇ ਉੱਪਰ ਦੀ ਪਾਣੀ ਨਿਕਲ ਜਾਂਦਾ, ਕਿਤੇ ਝਾੜ ਫੂਸ ਆ ਜਾਂਦਾ, ਕਿਤੇ ਪਾਣੀ ਨਿਰਮਲ ਬਿਲਕੁਲ ਸ਼ਾਂਤ ਹੋ ਜਾਂਦਾ, ਕਿਤੇ ਗੰਧਲਾ ਪਾਣੀ ਹੁੰਦਾ, ਪਰ ਖੜਦਾ ਨਹੀਂ ਪਾਣੀ, ਚਾਹੇ ਉਹਦੀ ਮਾੜੀ ਜਿਹੀ ਬਰੀਕ ਜਿਹੀ ਅੱਗੇ ਜਾ ਕੇ ਲਾਈਨ ਬਣਾ ਕੇ ਤਿੱਪ ਤਿੱਪੀ ਪਾਣੀ ਜਾਵੇ, ਨਦੀ ਦਾ ਪਾਣੀ ਤੁਰਦਾ ਰਹਿੰਦਾ ਕਿਤੇ। ਸੋ ਮੈਂ ਕਹਿੰਦਾ ਵੀ ਜਿਹੜਾ ਸੈਟਿਸਫਾਈ ਹੋ ਜਾਣਾ, ਇਹਦਾ ਮਤਲਬ ਤੁਸੀਂ ਕਹਿੰਦੇ ਮੈਂ ਬਹੁਤ ਕੱਤ ਲਿਆ, ਮੈਂ ਬਹੁਤ ਕੁਝ ਕਰ ਲਿਆ। ਮੈਨੂੰ ਲੱਗਦਾ ਜਦੋਂ ਵੀ ਮੈਂ ਕੋਈ ਨਵਾਂ ਕੰਮ ਕਰਦਾ, ਨਵੀਂ ਸਕ੍ਰਿਪਟ ਲਿਖਦਾ, ਮੈਂ ਸਟਿਲ ਸਟੂਡੈਂਟ ਹਾਂ, ਵਿਦਿਆਰਥੀ ਹਾਂ, ਮੈਂ ਹੋ ਸਕਦਾ ਮੇਰੇ ਤੋਂ ਆਹ ਕਮੀ ਰਹਿ ਗਈ, ਆਹ ਘਾਟ ਰਹਿ ਗਈ, ਮੈਂ ਅਗਲੇ ਪ੍ਰੋਜੈਕਟ 'ਚ ਇਹਨੂੰ ਮੈਂ ਠੀਕ ਕਰੂੰਗਾ, ਅਗਲੇ ਪ੍ਰੋਜੈਕਟ 'ਚ ਮੈਂ ਇਹਨੂੰ ਹੋਰ ਬਿਹਤਰ ਕਰ ਸਕਦਾ, ਅੱਗੇ ਮੈਂ ਜਦੋਂ ਐਕਟ ਕਰਨਾ ਐਜ਼ ਐਨ ਐਕਟਰ ਦੇ ਵਿੱਚ ਹੋਰ ਬਿਹਤਰ ਕਰ ਸਕਦਾ। ਸੋ ਤਸੱਲੀ ਨਹੀਂ ਹੁੰਦੀ, ਬਾਕੀ ਇਹ ਹੈ ਪਿਛਲੇ 6 ਸਾਲ ਦੇ ਉੱਤੋਂ ਮੈਨੂੰ ਕੋਈ ਇਹ ਵੀ ਨਹੀਂ ਹੈਗਾ ਵੀ ਯਾਰ ਮੈਨੂੰ ਕਿਸੇ ਨੇ ਹਾਕ ਕਿਉਂ ਨਹੀਂ ਮਾਰੀ, ਮੈਨੂੰ ਕੋਈ ਫਿਲਮ ਕਿਉਂ ਨਹੀਂ ਦੇ ਰਿਹਾ, ਮੈਂ ਇੱਥੇ ਵਗ ਜਾ, ਮੈਂ ਉਹਨੂੰ ਧੱਕੇ ਨਾਲ ਕਹਾਣੀ ਸੁਣਾ ਦਾ, ਉਹ ਨਹੀਂ ਹੈ। ਹੁਣ ਸ਼ਾਂਤੀ ਬਹੁਤ ਹੈ, ਸਬਰ ਜਿਹਾ ਆ ਗਿਆ, ਜਿਹੜਾ ਆਪਣਾ ਕੰਮ ਦੇਖ ਕੇ ਸਵਾਦ ਵੀ ਆਉਂਦਾ, ਪਰ ਜਦੋਂ ਕੋਈ ਕ੍ਰਿਟੀਸਿਜ਼ਮ ਮੈਂ ਖੁਦ ਦਾ ਬਹੁਤ ਜ਼ਿਆਦਾ ਕਰਦਾ ਕ੍ਰਿਟੀਸਿਜ਼ਮ, ਮੈਂ ਕਿਤਾਬ ਲਿਖ ਲੈਣਾ, ਜਦੋਂ ਮੈਂ ਕਿਤਾਬ 'ਚ ਪਾ ਲੈਣਾ ਮੈਨੂੰ ਲੱਗਦਾ ਮੇਰੀ ਬਹੁਤ ਬਿਹਤਰ ਕਿਤਾਬ ਆ, ਜਦੋਂ ਉਸੇ ਕਿਤਾਬ ਨੂੰ ਛਪੀ ਹੋਈ ਨੂੰ ਮੈਂ ਪੜ੍ਹਦਾ ਨਾ ਯਾਰ ਕਾਹਲੀ ਕਰ ਗਿਆ ਯਾਰ, ਮੈਂ ਨੈਕਸਟ ਵਾਰੀ ਨਹੀਂ ਕਾਹਲੀ ਕਰਦਾ, ਇਹਦੇ ਵਿੱਚ ਮੈਂ ਆਹ ਕੰਮ ਕਰਦਾ। ਸੋ ਸਟਿਲ ਸਟੂਡੈਂਟ ਹਾਂ, ਤਸੱਲੀ ਮੈਂ ਜੇ ਕਹਾਂ ਮੇਰੀ ਕੋਈ ਤਸੱਲੀ ਨਹੀਂ। ਅਤੇ ਕਿੰਨੀਆਂ ਕਾਫੀ ਫਿਲਮਾਂ ਕਰ ਲਈਆਂ, ਕਿੰਨੀਆਂ ਫਿਲਮਾਂ ਹੋ ਗਈਆਂ, ਅਤੇ ਤੁਹਾਨੂੰ ਜਿਹਨਾਂ 'ਚੋਂ ਕਾਫੀ ਫਿਲਮਾਂ 'ਚ ਤੁਹਾਡੇ ਕਿਰਦਾਰ ਜਾਂ ਹੋਰ ਲੋਕਾਂ ਨੂੰ ਯਾਦ ਨੇ ਤੁਹਾਡੇ ਪਸੰਦ ਕਰਨ ਵਾਲਿਆਂ ਨੂੰ, ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਸਾਨੂੰ ਤਾਂ ਅਸੀਸ ਵਾਲਾ ਵੀ ਵਧੀਆ ਲੱਗਦਾ, ਕਿੱਦਾਂ ਲੱਗਦਾ? ਮੈਂ ਫਿਲਮਾਂ ਐਜ਼ ਐਨ ਐਕਟਰ 100 ਦੇ ਨੇੜੇ ਕੀਤੀ ਹੈ, ਪਰ ਜੇ ਮੈਂ ਚਾਹਵਾਂ ਆਪਣਾ ਨਾਂ ਲਵਾਂ ਕਿ ਮੈਂ ਕਿਹੜੀਆਂ ਮੇਰੇ ਕਰੈਕਟਰ ਅੱਛੇ ਕੀਤੇ ਨੇ, ਜਾਂ ਟੋਟਲ ਮਿਲਾ ਕੇ 4 ਜਾਂ 5 ਫਿਲਮਾਂ ਸਾਹਮਣੇ ਆਉਣਗੀਆਂ, ਜਿਹਦੇ ਵਿੱਚੋਂ ਪੰਜਾਬ 1984 ਦਾ ਤਾਰੀ ਹੈ, ਇੱਕ ਮੈਂ ਸ਼ਾਰਟ ਫਿਲਮ ਕੀਤੀ ਸੀ 40 ਮਿੰਟ ਦੀ, ਉਹਦੇ ਵਿੱਚ ਡਾਟਰ ਆਫ ਦਾ ਦਿਨ ਉਹ ਜਿਹੜਾ ਮੇਨ ਕਿਰਦਾਰ ਹੈ ਉਹ ਹੈਗਾ, ਔਰ ਅਸੀਸ ਫਿਲਮ ਵਾਲਾ ਜਿਹੜਾ ਹੈ, ਔਰ ਪੋਸਤੀ ਫਿਲਮ ਦੇ ਵਿੱਚ ਜੋ ਮੇਰਾ ਕਰੈਕਟਰ ਸੀ ਮੈਂ ਡਾਇਰੈਕਟ ਕੀਤੀ ਉਹ ਫਿਲਮ ਦਾ, ਇੱਕ ਮਨਮੋਹਨ ਸਿੰਘ ਹੋਰਾਂ ਜਦੋਂ ਮੈਨੂੰ ਪਹਿਲੀ ਫਿਲਮ ਦਿੱਤੀ ਸੀ ਦਿਲ ਆਪਣਾ ਪੰਜਾਬੀ, ਉਹਦੇ ਵਿੱਚ ਦਾ ਲੱਕੜ ਚੱਬ ਮੈਨੂੰ ਬਹੁਤ ਪਿਆਰਾ ਲੱਗਦਾ, ਔਰ ਬੱਬੂ ਮਾਨ ਦੀ ਹਸ਼ਰ ਵਾਲਾ ਜਿਹੜਾ ਜੌਲੀ ਆ ਉਹ ਜੌਲੀ ਕਰੈਕਟਰ ਮੈਨੂੰ ਬਹੁਤ ਅੱਛਾ ਲੱਗਦਾ। ਸੋ ਇਸ ਤਰ੍ਹਾਂ ਦੇ ਕੁਛ ਕੁ ਕਿਰਦਾਰ ਨੇ ਜਿਹੜੇ ਮੇਰੇ ਬਹੁਤ ਨੇੜੇ ਨੇ, ਜਿਨ੍ਹਾਂ ਨੂੰ ਪਿਆਰ ਕਰਦਾ, ਲੋਕਾਂ ਨੇ ਸ਼ੈਂਪੀ ਨੂੰ ਬਹੁਤ ਯਾਦ, ਸ਼ੈਂਪੀ ਨੂੰ ਬਹੁਤ ਪਿਆਰ ਕਰਦੇ ਨੇ, ਕਈ ਮੇਰਾ ਨਾਂ ਨਹੀਂ ਜਾਣਦੇ, ਮੈਨੂੰ ਕਹਿੰਦੇ ਤੁਹਾਡਾ ਨਾਂ ਕੀ ਹੈ ਸ਼ੈਂਪੀ, ਮੈਂ ਕਿਹਾ ਮੈਨੂੰ ਰਾਣਾ। ਕਈ ਡਾਇਲੋਗਾਂ 'ਚ ਮੈਂ ਆਪ ਵੀ ਸੁਣਿਆ ਫਿਰ ਮੇਰਾ ਕੱਦ ਛੋਟਾ ਜਾਂ ਹੋਰ ਹੈ, ਜਿੱਦਾਂ ਇਹ ਕਦੇ ਕਦੇ ਫੀਲ ਤਾਂ ਨਹੀਂ ਹੋਇਆ? ਨਹੀਂ, ਹੁਣ ਨਹੀਂ ਕਦੇ ਹੋਇਆ। BA 1 ਤੱਕ ਤਾਂ ਬਹੁਤ ਜ਼ਿਆਦਾ ਰਿਹਾ, BA 1 ਤੱਕ ਤਾਂ ਮੈਂ ਆਪਣੇ ਆਪ ਨੂੰ ਗਾਲਾਂ ਵੀ ਕੱਢਦਾ ਰਿਹਾ, ਮੈਂ ਇਹ ਗਿਲਟ ਫੀਲ ਕਰਦਾ ਰਿਹਾ, ਮੈਨੂੰ ਕਰਵਾਇਆ ਵੀ ਜਾਂਦਾ ਸੀ ਆਸੇ ਪਾਸੇ, ਜਿਵੇਂ ਸਿਖਾਉਂਦੇ ਨੇ ਜੋ ਤੁਹਾਡੇ ਕੰਨਾਂ 'ਚ ਪੈਂਦਾ
ਇੱਥੇ ਆ ਕੇ ਇਧਰਲੇ ਮੁਲਕਾਂ ਜਾ ਕੇ ਜਾਂ ਬਹੁਤ ਅੱਗੇ ਜਾ ਕੇ ਪਤਾ ਲੱਗਿਆ ਬੁਲੀ ਕਰਨਾ ਇੱਕ ਜੁਰਮ ਹੁੰਦਾ ਹੈ। ਇਹਨੂੰ ਬੁਲੀ ਕਰਨਾ ਕਹਿੰਦੇ ਨੇ, ਕਿਸੇ ਨੂੰ ਰੰਗ ਦੇ ਨਾਂ ਤੇ, ਕਿਸੇ ਨੂੰ ਕਦ ਦੇ ਨਾਂ ਤੇ, ਕਿਸੇ ਨੂੰ ਜਾਤ ਦੇ ਨਾਂ ਤੇ, ਕਿਸੇ ਨੂੰ ਆਵਾਜ਼ ਦੇ ਲਈ, ਕਿਸੇ ਦੀ ਆਵਾਜ਼ ਬਰੀਕ ਹੈ, ਬੁਲੀ ਕਰਦੇ ਨੇ। ਮੈਂ ਬਹੁਤ ਬੁਲੀ ਹੋਇਆ, ਮੈਂ 7ਵੀਂ ਕਲਾਸ ਤੋਂ ਲੈ ਕੇ ਬੀ ਏ ਬੰਦ ਤੱਕ, ਫਿਰ ਬੀ ਏ ਫਾਈਨਲ ਤੱਕ ਵੀ, ਪਰ ਬੀ ਏ ਬੰਦ ਤੱਕ ਮੈਂ ਮਤਲਬ ਖਿੱਚਦਾ ਰਿਹਾ, ਲੜਦਾ ਰਿਹਾ, ਆਪਣੇ ਆਪ ਤੇ ਝੁਰਦਾ ਰਿਹਾ। ਮੈਂ ਗੁਰਦੁਆਰਿਆਂ 'ਚ ਮੱਸਿਆ ਸੁੱਖਦਾ ਰਿਹਾ, ਮੇਰਾ ਕੱਦ ਵਧਾ ਦੇ, ਇਹ ਕਰ ਦੇ, ਵੋ। ਪੜ੍ਹਾਈ ਕਰਨੀ ਧਿਆਨ ਨਹੀਂ ਹੁੰਦਾ ਸੀ ਮੇਰੇ ਲਈ, ਕੱਦ ਹੀ ਕੱਦ ਹੁੰਦਾ ਸੀ ਵੀ ਕੱਦ ਹੋਣਾ, ਸੋਹਣਾ ਹੋਣਾ ਬਹੁਤ ਵੱਡੀ ਗੱਲ ਹੈ, ਜਿਤਾਇਆ ਆ ਜਾਂਦਾ ਸੀ ਆਸੇ ਪਾਸੇ ਤੋਂ, ਰਿਸ਼ਤੇਦਾਰੀਆਂ 'ਚ ਲੋਕ ਖੜਾ ਕੇ ਆਪਣੇ ਬੱਚਿਆਂ ਨਾਲ ਕੱਦ। ਮੈਂ ਤਾਂ ਕਹਿੰਦਾ ਸੀ ਮੈਨੂੰ ਇੰਚੀ ਟੇਪ ਮੰਨਦੇ ਨੇ ਮੇਰੇ ਨਾਲ, ਲੈ ਤੇਰੇ ਤੋਂ ਗੱਠ ਉੱਚਾ ਹੋ ਗਿਆ, ਤੇਰੇ ਤੋਂ ਡੇਢ ਗੱਠ ਉੱਚਾ ਹੋ ਗਿਆ। ਫਿਰ ਮੈਂ ਕਿਤਾਬਾਂ ਵੱਲ ਜਦੋਂ ਆਇਆ, ਨਾਟਕ ਵੱਲ ਆਇਆ ਤਾਂ ਨਿਕਲ ਗਿਆ, ਅਤੇ ਹੁਣ ਤਾਂ ਜਮੀ ਨਹੀਂ, ਹੁਣ ਤਾਂ ਮੈਨੂੰ ਹਾਸਾ ਆਉਂਦਾ ਹੁੰਦਾ। ਮੈਂ ਹੁਣ ਤਾਂ ਮੈਂ ਜਿਹਨਾਂ ਨੂੰ ਕਹਿੰਦਾ ਇੰਸਪਾਇਰ ਕਰਦਾ ਵੀ ਜੇ ਤੁਹਾਡੇ ਕੋਈ ਕੱਦ ਦਾ ਜਾਂ ਕਿਸੇ ਹੋਰ ਚੀਜ਼ ਦਾ ਮਜ਼ਾਕ ਨਾ ਆਉਂਦਾ, ਤੁਸੀਂ ਹੱਸੋ, ਤੁਸੀਂ ਉਹਦੇ ਤਰਸ ਕਰੋ ਵੀ ਯਾਰ ਇਹਨੂੰ ਇੰਨੀ ਵੀ ਅਕਲ ਨਹੀਂ, ਵੀ ਇਹ ਤਾਂ ਮੇਰੇ ਹੱਥ ਹੇਠ ਹੈਗਾ ਹੀ ਨਹੀਂ ਕੱਦ, ਜੇ ਮੇਰੇ ਹੱਥ 'ਚ ਉਹ ਹੈਗਾ ਵੀ ਜੇ ਮੈਂ ਸ਼ਰਾਬ ਵੱਧ ਪੀਂਦਾ ਹੋਵਾਂ, ਕਿਸੇ ਨੂੰ ਗਾਲਾਂ ਕੱਢਦਾ ਹੋਵਾਂ, ਕੋਈ ਅਮਲ ਕਰਦਾ ਹੋਵਾਂ, ਕਿਸੇ ਬਾਰੇ ਨੈਗੇਟਿਵ ਬੋਲਦਾ ਹੋਵਾਂ, ਗੰਦਾ ਵਾਕਦਾ ਹੋਵਾਂ, ਕਿਸੇ ਨੂੰ ਪਿੱਛਾ ਖਿੱਚਦਾ ਹੋਵਾਂ, ਹੈ ਨਾ, ਕਿਸੇ ਦੇ ਪਿੱਠ ਪਿੱਛੇ ਲੱਤਾਂ ਮਾਰਦਾ ਹੋਵਾਂ, ਉਹ ਮੇਰਾ ਨੁਕਸਾ, ਉਹਦੇ ਕਰਕੇ ਮੇਰਾ ਮਜ਼ਾਕ ਉਡਾਓ। ਕੋਈ ਬੰਦਾ ਕਿਸੇ ਬੱਚੇ ਦੀ ਫੀਸ ਨਹੀਂ ਭਰਦਾ, ਪੜ੍ਹਾਉਂਦਾ ਨਹੀਂ, ਆਪਣੀ ਜਨਾਨੀ ਨੂੰ ਮਾਰਦਾ, ਉਹਦਾ ਮਜ਼ਾਕ ਉਡਾਓ। ਪਰ ਨਾ ਮੇਰੇ ਹੱਥ 'ਚ ਮੇਰਾ ਜਨਮ ਲੈਣਾ ਸੀ, ਨਾ ਮੇਰੇ ਹੱਥ 'ਚ ਕੱਦ ਹੈ, ਨਾ ਰੰਗ ਰੂਪ ਹੈ, ਨਾ ਮੈਂ ਆਪਣੀ ਮਰਜ਼ੀ ਨਾਲ ਕੋਈ ਦੇਸ਼ ਚੁਣਿਆ ਸੀ, ਨਾ ਮਾਸਟਰ ਮੋਹਨ ਸਿੰਘ ਜੀ ਚੁਣੇ ਸੀ ਵੀ ਇਹਨਾਂ ਦੇ ਘਰੇ ਜੰਮਾ। ਜੇ ਕਿਤੇ ਕਹਿੰਦੇ ਹੁੰਦੇ ਵੀ ਰੱਬ ਪੁੱਛ ਲਾਂਦਾ ਪਹਿਲਾਂ ਵੀ ਤੂੰ ਮਾਸਟਰ ਮੋਹਨ ਸਿੰਘ ਦੇ ਘਰੇ ਧੂਰੀ ਜਾਣਾ, ਮੈਂ ਕਦੇ ਮੰਨਦਾ, ਮੈਂ ਤਾਂ ਕਹਿਣਾ ਸੀ ਨਾ ਮੈਨੂੰ ਸਵਿਟਜ਼ਰਲੈਂਡ ਭੇਜੋ ਕਿਸੇ ਗੋਰੇ ਦੇ। ਅੱਛਾ, ਆਪਾਂ ਹੁਣੇ ਤਸੱਲੀ ਦੀ ਗੱਲ ਕੀਤੀ ਸੀ, ਕਹਿੰਦੇ ਨੇ ਇੱਕ ਤਸੱਲੀ ਵੈਸੇ ਉਦੋਂ ਹੁੰਦੀ ਹੈ ਜੇ ਤੁਸੀਂ ਸੰਗੀਤ ਦੇ ਖੇਤਰ 'ਚ ਹੋ, ਤੁਸੀਂ ਸੰਗੀਤ ਨੂੰ ਕਹਿ ਰਹੇ ਹੋ ਕਿ ਮੈਂ ਸੰਗੀਤ ਦਾ ਖੇਤਰ ਚੁਣਿਆ, ਜਦੋਂ ਸੰਗੀਤ ਤੁਹਾਨੂੰ ਚੁਣ ਲਵੇ ਤਾਂ ਇਹਦਾ ਮਤਲਬ ਸੰਗੀਤਕਾਰ ਹੋ, ਜਦੋਂ ਫਿਲਮਾਂ ਤੁਹਾਨੂੰ ਚੁਣ ਲੈਣ, ਤੁਸੀਂ ਨਾ ਫਿਲਮਾਂ ਨੂੰ ਚੁਣੋਗੇ ਫਿਰ ਤਸੱਲੀ ਹੁੰਦੀ ਹੈ। ਇੱਕ ਹੁਣ ਹੋਰ ਕੀ ਕਰਨਾ ਹੈ ਤਸੱਲੀ ਲਈ, ਫਿਲਮਾਂ 'ਚ ਕੀ ਕਰਨਾ? ਮੈਂ ਚਾਹੁੰਦਾ ਕਿ ਜਿਹੜੇ ਵਿਸ਼ਿਆਂ 'ਤੇ ਹਜੇ ਤੱਕ ਕੰਮ ਨਹੀਂ ਹੋਇਆ ਪੰਜਾਬੀ ਦੇ ਵਿੱਚ, ਨਾ ਇੱਕ ਜੇ ਕਿਸੇ ਮੇਕਰ ਕੋਲ ਜਾਓ ਜਾਂ ਕਿਸੇ ਘਰਾਣੇ ਕੋਲ ਜਾਓ, ਪ੍ਰੋਡਕਸ਼ਨ ਹਾਊਸ ਕੋਲ ਜਾਂ ਪ੍ਰੋਡਿਊਸਰ ਕੋਲ, ਉਹ ਅਕਸਰ ਕਹਿੰਦੇ ਨੇ ਇਹ ਚੱਲਦਾ ਨਹੀਂ, ਆਡੀਅੰਸ ਇਹ ਪਸੰਦ ਨਹੀਂ ਕਰਦੀ, ਆਡੀਅੰਸ ਨੂੰ ਅੰਡਰ ਐਸਟੀਮੇਟ ਕਰਦੇ ਨੇ। ਜਦਕਿ ਜੇ ਉਹਨਾਂ ਨੂੰ ਪਤਾ ਹੈ ਵੀ ਇਹ ਚਲਾਉਂਦੇ ਹਾਂ, ਫਿਰ ਤਾਂ ਪੰਜਾਬ ਦੇ ਵਿੱਚ 150-200 ਫਿਲਮ ਬਣਦੀ ਹੈ ਹਰ ਸਾਲ, ਫਿਰ ਤਾਂ ਸਾਰੀਆਂ ਚੱਲਣੀਆਂ ਚਾਹੀਦੀਆਂ ਨੇ ਫਿਰ। ਪਰ ਲੋਕਾਂ ਨੂੰ ਬਹੁਤ ਘੱਟ ਫਿਲਮਾਂ ਹੁੰਦੀਆਂ ਨੇ ਚੇਤੇ ਰਹਿੰਦੀਆਂ ਨੇ, ਜੋ ਪੁਰਾਣੇ ਵੇਲਿਆਂ ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ 100 ਸਾਲ ਹੋ ਗਏ ਫਿਲਮਾਂ ਨੂੰ ਪੰਜਾਬੀ ਨੂੰ, ਅਤੇ ਹਲੇ ਤੱਕ ਮੇਰੇ ਖਿਆਲ ਗਿਣਤੀ ਦੀਆਂ ਜਿਹੜੀਆਂ ਫਿਲਮਾਂ ਦੀ ਲਾਇਬ੍ਰੇਰੀ ਬਣ ਸਕਦੀ ਹੋਵੇ, ਉਹ 25 ਵੀ ਨਹੀਂ ਟੱਪੀ ਹੋਣੀ ਚਾਹੀਦੀ। ਸੋ ਮੇਰਾ ਇਹ ਹੈ ਕਿ ਮੈਂ ਡਾਇਰੈਕਸ਼ਨ ਵਿੱਚ ਆਪ ਇੱਕ ਇਸ ਤਰ੍ਹਾਂ ਦਾ ਕਹਿੰਦਾ ਕਿ ਜਿਹੜਾ ਸਿਨੇਮਾ ਮੀਨਿੰਗਫੁਲ ਸਿਨੇਮਾ ਹੋਵੇ, ਇੰਟਰਟੇਨ ਵੀ ਕਰੇ, ਉਹਦੇ ਵਿੱਚ ਮੈਨੂੰ ਲੱਗਦਾ ਮੈਂ ਚੱਜ ਨਾਲ, ਮੈਨੂੰ ਨੀਂਦ ਨਹੀਂ ਆਉਂਦੀ ਅਤੇ ਉਹ ਮੇਰੀ ਨੀਂਦ ਬੇਚੈਨੀ ਦਿੰਦਾ ਮੈਨੂੰ, ਵੀ ਮੈਂ ਵਧੀਆ ਫਿਲਮਾਂ ਆਪ ਡਾਇਰੈਕਟ ਕਰਾਂ, ਚੰਗੇ ਸਬਜੈਕਟ, ਚਾਹੇ ਕਿਸੇ ਦੀ ਲਿਖੀ ਹੋਈ ਫਿਲਮ ਹੋਵੇ, ਕੋਈ ਵੀ ਰਾਈਟਰ ਹੋਵੇ, ਪਰ ਮੈਂ ਆਪ ਮੇਰੇ ਹੱਥੋਂ ਇਸ ਤਰ੍ਹਾਂ ਦੀ ਫਿਲਮ ਦੀ ਵਿਉਂਤਬੰਦੀ ਹੋਵੇ ਜਿਹਨੂੰ ਸਾਡੇ ਲੋਕ ਦੇਖਣ ਅਤੇ ਬਾਹਰ ਦੀਆਂ ਭਾਸ਼ਾਵਾਂ ਵਾਲੇ ਵੀ, ਬਾਹਰਲੇ ਮੁਲਕ ਵਾਲੇ ਵੀ ਦੇਖਣ, ਅਸੀਂ ਵੀ ਪ੍ਰਾਊਡ ਫੀਲ ਕਰੀਏ, ਦੂਜੇ ਵੀ ਪ੍ਰਾਊਡ ਫੀਲ ਕਰਨ, ਅਤੇ ਮੇਰੇ ਬੱਚੇ ਵੀ ਕਹਿ ਸਕਣ ਕਿ ਸਾਡੇ ਬਾਪ ਨੇ ਇਹ ਕੱਤਿਆ, ਉਹਦੇ ਕੋਲ ਆਹ ਕੱਤਿਆ ਹੋਇਆ ਹੈ ਉਹਦਾ। ਜਿਹੜਾ ਇੱਕ ਗੱਲ ਜ਼ਰੂਰ ਮੈਂ ਦੱਸਿਓ ਵੀ ਪੰਜਾਬ ਛੱਡਿਆ, ਵਤਨ ਛੱਡਿਆ, ਅਮਰੀਕਾ ਕੈਨੇਡਾ ਆ ਗਈ, ਕੁਛ ਰਾਤ ਨਹੀਂ ਕੋਈ ਕਿੱਦਾਂ? ਮੈਂ ਇਹ ਕਹਿੰਦਾ ਵੀ ਬਾਬੇ ਨਾਨਕ ਨੇ ਇੰਨੀਆਂ ਉਦਾਸੀਆਂ ਕੀਤੀਆਂ ਨੇ, ਦੁਨੀਆਂ ਦੇਖੀ ਹੈ, ਪਰ ਮਨੁੱਖਤਾ ਨਾਲ ਵੱਧ ਜੁੜੇ ਗਏ ਨੇ। ਮੈਂ ਜਦੋਂ ਦਾ ਪੰਜਾਬ ਛੱਡ ਕੇ ਆਇਆ ਪਹਿਲਾਂ ਵੀ ਮੈਂ ਮਨੁੱਖਤਾਵਾਦੀ ਸੀਗਾ, ਹੁਣ ਮੈਂ ਬਹੁਤ ਜ਼ਿਆਦਾ ਮਨੁੱਖਤਾਵਾਦੀ ਹੋ ਗਿਆ। ਮੈਨੂੰ ਲੱਗਦਾ ਬਾਬੇ ਨਾਨਕ ਦਾ ਸੁਨੇਹਾ ਇੱਧਰ ਜ਼ਿਆਦਾ ਚਿੱਟਾ ਦਿੱਤਾ ਹੋਇਆ, ਪਾਣੀ ਸਾਫ਼ ਨੇ, ਹਵਾਵਾਂ ਸਾਫ਼ ਨੇ, ਮੁਫ਼ਤ ਵਿੱਚ ਮੇਰਾ ਕੰਮ ਤਾਂ ਧਰਮ ਤਾਂ ਕਲਾ ਦਾ ਹੈਗਾ, ਆਰਟ ਦਾ ਹੈਗਾ, ਉਹੀ ਕੁਛ ਮੈਂ ਉੱਧਰ ਕਰਦਾ ਸੀ, ਉਹੀ ਕੁਛ ਇੱਧਰ ਕਰੀ ਜਾਂਦਾ। ਹਾਂ, ਇਹ ਜ਼ਰੂਰ ਹੋਇਆ ਕਿ ਉੱਧਰ ਜੇ ਮੈਂ ਸਾਲ ਦੇ ਵਿੱਚ 10 ਜਾਂ 12 ਫਿਲਮਾਂ ਕਰਦਾ ਸੀ, ਹੁਣ ਮੈਂ ਸਾਲ 'ਚ 2 ਜਾਂ 3 ਫਿਲਮਾਂ ਕਰਦਾ। ਇਹ ਮੈਂ ਆਪਣੇ ਮਨ 'ਚ ਧਾਰ ਕੇ ਆਇਆ ਸੀਗਾ ਵੀ ਜੇ ਮੈਨੂੰ ਨਹੀਂ ਵੀ ਕੋਈ ਬੁਲਾਊਗਾ ਕੋਈ ਚੱਕਰ ਨਹੀਂ, ਮੈਂ ਸਹਿਜੇ ਸਹਿਜੇ ਕੰਮ ਕਰੀ ਜਾਊਂ। ਬੱਚੇ ਹੁਣ ਸੈੱਟ ਨੇ, ਪੈਸੇ ਦੀ ਕੋਈ ਦੌੜ ਨਹੀਂ ਹੈ, ਵਾਈਫ ਜੋਬ ਕਰਦੀ ਹੈ, ਮੇਰੇ ਕੋਲ ਜਿੰਨਾ ਕੰਮ ਆਉਂਦਾ ਮੈਂ ਆਪਣਾ ਇਮਾਨਦਾਰੀ ਨਾਲ ਕਰੀ ਜਾਂਦਾ। ਆਈ ਐਮ ਮੱਚ ਹੈਪੀ ਇੱਥੇ ਬਹਿ ਕੇ, ਸਮਕਾ ਮੈਂ ਵੱਧ ਪੰਜਾਬ ਦਾ ਫਿਕਰ ਕਰਨ ਲੱਗ ਗਿਆ ਅਤੇ ਵੱਧ ਪਿੱਛੇ ਝਾਕਦਾ। ਮੈਂ ਇੱਕ ਸਾਰੇ ਸੁਣਨ ਵਾਲੇ ਨੂੰ ਦੱਸਦਾ ਕਿ ਬਹੁਤ ਸਾਰੇ ਜਦੋਂ ਮੈਂ ਆਪਣੀ ਨਿੱਜੀ ਵੀ ਗੱਲ, ਜਦੋਂ ਮੈਨੂੰ ਕਹਿੰਦੇ ਸੀ ਵਿਆਹ ਹੋ ਗਿਆ, ਫਿਰ ਇਹਦਾ ਕੰਮ ਘੱਟ ਜਾਣਾ, ਫਿਰ ਕਹਿੰਦੇ ਜਦੋਂ ਵਕੀਲਦਾਰ ਹੋ ਗਿਆ, ਜਦੋਂ ਮੈਂ ਅਮਰੀਕਾ ਆਇਆ ਮੈਨੂੰ ਕਹਿੰਦੇ ਬਸ ਉਹਨਾਂ ਦਾ ਸਰ ਜਾਣਾ, ਜਿਹੜੇ ਕੰਮ ਕਰਨ ਵਾਲੇ ਦਾ ਕਿਤੇ ਵੀ ਨਹੀਂ ਸਰ। ਜੀ ਜੀ, ਠੀਕ ਹੈ, ਕੰਮ ਕਰਨ ਵਾਲੇ ਕੰਮ ਕਰ ਲੈਣਾ, ਉਹਨਾਂ ਨੇ ਆਪਣੇ ਹਿਸਾਬ ਨਾਲ ਸੋਰਸ ਪੈਦਾ ਕਰ ਲੈਣੇ ਹੁੰਦੇ। ਮੈਂ ਅਰਦਾਸ ਇੱਥੇ ਬਹਿ ਕੇ ਲਿਖੀ, ਅਰਦਾਸ ਕਰਾਂ ਇੱਥੇ ਬਹਿ ਕੇ ਲਿਖੀ, ਮੰਜੇ ਬਿਸਤਰੇ ਪਹਿਲੀ ਇੱਥੇ ਬਹਿ ਕੇ ਲਿਖੀ, ਅਸੀਸ ਇੱਥੇ ਬਹਿ ਕੇ ਲਿਖੀ, ਪੋਸਤੀ ਇੱਥੇ ਬਹਿ ਕੇ ਲਿਖੀ, ਸ਼ਾਹਬਾਨੀ ਗਰਧਾਰੀ ਲਾਲਾ ਇੱਥੇ ਲੈ ਕੇ ਲਿਖੀ, ਆਮਿਰ ਖਾਨ ਹੋਰਾਂ ਨੇ ਡਾਇਲੋਗ ਦਾ ਸੱਦਾ ਜਦੋਂ ਆਇਆ ਤਾਂ ਇੱਥੋਂ ਮੈਂ 2 ਵਾਰ ਉਹਨਾਂ ਲਈ, ਉਹਨਾਂ ਕੋਲ ਗਿਆ, ਲਾਲ ਸਿੰਘ ਚੱਡਾਂ ਦੇ ਪੰਜਾਬੀ 'ਚ ਡਾਇਲੋਗ ਲਿਖੇ। ਸੋ ਬਹੁਤ ਕੰਮ ਹੈ, 3 ਕਿਤਾਬਾਂ ਲਿਖਣੀਆਂ ਇੱਥੇ ਬਹਿ ਕੇ, ਪਿਛਲੇ 5
ਪੰਜਾਬੀ ਦੇ ਜਿਹੜੇ ਡਾਇਲੋਗ ਨੇ ਦੋ ਪਾਤਰ ਨੇ ਉਹਨਾਂ ਦੇ, ਇੱਕ ਆਮਿਰ ਖਾਨ ਹੋਰਾਂ ਦਾ, ਇੱਕ ਉਹਨਾਂ ਦੀ ਮਦਰ ਦਾ, ਬਾਕੀ ਤਾਂ ਕੋਈ ਅਲੱਗ ਅਲੱਗ ਤਰ੍ਹਾਂ ਦੇ ਕਰੈਕਟਰ ਨੇ ਹਿੰਦੀ ਵਿੱਚ ਜ਼ਿਆਦਾ ਫਿਲਮ। ਸੋ ਮੇਰਾ ਸੀ ਜਦੋਂ ਪੰਜਾਬੀਕਰਨ ਕਰਨਾ ਸੀ ਤਾਂ ਮੈਨੂੰ ਥੋੜ੍ਹੀ ਜਿਹੀ ਉਹਨਾਂ ਨੇ ਖੁੱਲ੍ਹ ਵੀ ਦਿੱਤੀ ਕਿ ਤੂੰ ਟਰਾਂਸਲੇਟ ਦੇ ਚੱਕਰ 'ਚ ਨਾ ਪੈ, ਤੁਸੀਂ ਆਪਣੀ ਉਹਦੇ ਵਿੱਚ ਮੈਨੂੰ ਇੱਕ ਗੱਲ ਬਹੁਤ ਚੀਜ਼ਾਂ ਨੇ ਪਰ ਉਹਨਾਂ ਨਾਲ ਸਮਾਂ ਬਹੁਤ ਬਿਤਾਉਣ ਦਾ ਮੌਕਾ ਮਿਲਿਆ। ਉਹ ਇੱਕ ਫਿਲਮ ਦੇ ਵਿੱਚ ਵਾਰ ਵਾਰ ਕਹਿੰਦੇ ਨੇ ਆਹੋ ਆਹੋ ਜੀ ਆਹੋ, ਤੇ ਜੇ ਮੈਂ ਪਹਿਲੀ ਵਾਰੀ ਸ਼ਬਦ ਆਹੋ ਲਿਖਿਆ ਸੀ ਮੈਨੂੰ ਕਹਿੰਦੇ ਵਟ ਇਹ ਕਿਆ ਹੈ ਆਹੋ ਕਿਆ ਹੈ, ਮੈਂ ਕਿਹਾ ਸਰ ਯੈਸ ਹਾਂਜੀ, ਫਿਰ ਕਿੰਨੀ ਦੇਰ ਫਰਸ਼ ਤੇ ਗਿੜੇ ਗੜੀ ਆਹੋ ਆਹੋ, ਇਹਦਾ ਹੀ ਅੱਛਾ ਸਾਊਂਡ ਕਰਦਾ, ਇਸ ਪਰ ਤੋਂ ਫਿਲਮ ਦਾ ਟਾਈਟਲ ਵੀ ਬਣ ਸਕਦਾ ਹੈ ਆਹੋ। ਤਾਂ ਉਹਨਾਂ ਨੇ ਬੜੇ ਵਧੀਆ ਬਖੂਬੀ ਯੂਜ਼ ਕੀਤਾ ਉਸ ਚੀਜ਼। ਦੈਟ ਵਾਸ ਗੁੱਡ ਐਕਸਪੀਰੀਅੰਸ ਮੇਰੇ ਲਈ ਸਕੂਲ ਸੀ। ਮੈਂ ਚਾਹੂੰਗਾ ਵੀ ਆਪਣੀ ਸ਼ਾਇਰੀ ਚੋਂ ਛੋਟਾ ਜਿਹਾ ਕੋਈ ਰੰਗ। ਹਾਂਜੀ ਮੈਂ ਮੇਰੇ ਬਹੁਤ ਕੰਮ ਆਉਂਦੀ ਹੈ, ਮੈਂ ਖੁਦ ਨੂੰ ਵੀ ਕਹਿੰਦਾ ਤੇ ਬੱਚਿਆਂ ਨੂੰ ਵੀ ਸੁਣਾਉਂਦਾ ਰਹਿੰਦਾ, ਕਿਸੇ ਹੋਰ ਨੂੰ ਵੀ ਪ੍ਰੇਰਨਾ ਦੇਣ ਕਿ ਮੈਨੂੰ ਨਾਨਕ ਮੱਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ, ਮੈਨੂੰ ਮਿਲਣ ਸੁਰ ਮਰਦਾਨਿਓ ਮੈਂ ਲਾਲੋ ਭਗਤ ਮਰੀਦ, ਮੇਰੀ ਧੌਣ ਚ ਦੁੱਲਾ ਝਾਕਦਾ ਮੇਰੇ ਮੌਰੀ ਮੁੜ ਕੇ ਮੌੜ, ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦਿਆਂ ਮਰੂਰ, ਮੈਨੂੰ ਮੰਟੋ ਪਾਸ਼ ਹਲੂਣ ਦੇ ਮੈਨੂੰ ਜੀਣਾ ਦੱਸਦੀ ਮੌਤ, ਮੈਨੂੰ ਦੇਣ ਕਿਤਾਬਾਂ ਰੌਸ਼ਨੀ ਨਾ ਧੂਫ ਲਾਵਾਂ ਜਾਂ ਜੋਤ, ਹਾਂ ਕੰਧ ਸਰਹੰਦ ਦੀ ਦੱਸਦੀ ਕੀ ਹੁੰਦਾ ਹੈ ਬਲੀਦਾਨ, ਮੈਨੂੰ ਕਹਿਣ ਸਰਾਬਾ ਭਗਤ ਸਿਉਂ ਕਰ ਹੱਸ ਕੇ ਸਭ ਪ੍ਰਵਾਨ, ਮੈਂ ਬੱਚਿਆਂ ਦੇ ਸੰਗ ਖੇਡ ਕੇ ਕਰ ਲੈਣਾ ਪਾਠ ਧਿਆਨ, ਮੈਂ ਖੂਨ ਨਹੀਂ ਕਰਨ ਦਾ ਵਕਤ ਦਾ ਮੈਨੂੰ ਦੁੱਖ ਸੁੱਖ ਪ੍ਰਵਾਨ, ਮੈਨੂੰ ਭਗਤ ਪੂਰਨ ਸਿੰਘ ਦੱਸਿਆ ਕਿ ਸੇਵਾ ਕੀ ਬਲੀਦਾਨ ਹੈ, ਬਾਤ ਅਕਲ ਤੇ ਹੁਨਰ ਦੀ ਕੋਈ ਜੰਮਦਾ ਨਹੀਂ ਮਹਾਨ, ਇਹ ਪੰਜਾਬੀ ਸ਼ਾਨਾ ਮੱਤੀ ਏ ਮੇਰੀ ਬੋਲੀ ਏ ਮੇਰਾ ਮਾਣ, ਬੁੱਲਾਂ ਤੇ ਵਾਰਸ ਧੜਕਦੇ ਮੇਰੇ ਸ਼ਬਦਾਂ ਅੰਦਰ ਆਣ, ਜੇ ਪਾਣੀ ਹਵਾ ਸਾਂਭ ਲੂੰ ਤਾਂ ਮੈਂ ਤੇ ਦੇਸ਼ ਆਬਾਦ, ਜਦ ਜਾਤ ਵਿਤਕਰਾ ਮੁੱਕਿਆ ਫਿਰ ਜ਼ਿੰਦਗੀ ਜ਼ਿੰਦਾਬਾਦ, ਫਿਰ ਜ਼ਿੰਦਗੀ ਜ਼ਿੰਦਾਬਾਦ। ਸੋ ਜ਼ਿੰਦਗੀ ਜ਼ਿੰਦਾਬਾਦ ਤੁਸੀਂ ਕਿਤਾਬ ਦੀ ਰਣਵੀਰ ਹੋਣਾ ਦੀ ਪੜ੍ਹੀ ਹੋਣੀ ਹੈ, ਦੁਆ ਕਰਾਂਗੇ ਕਿ ਸਾਡਾ ਛੋਟਾ ਭਰਾ ਜਿਹਨੂੰ ਅਸੀਂ ਪਿਆਰ ਵੀ ਕਰਦੇ ਹਾਂ ਅਤੇ ਪੰਜਾਬੀ ਫਿਲਮਾਂ ਥੀਏਟਰ ਸ਼ਾਇਰੀ 'ਚ ਉਹਨਾਂ ਤੋਂ ਆਸਾਂ ਉਮੀਦਾਂ ਵੀ ਬਹੁਤ ਨੇ, ਅਤੇ ਆਸਮੰਦ ਬੰਦਿਆਂ ਦੀਆਂ ਉਮਰਾਂ ਵੀ ਲੰਬੀਆਂ ਹੁੰਦੀਆਂ ਨੇ, ਆਸ਼ਾਵਾਂ ਵੀ ਲੰਬੀਆਂ ਹੁੰਦੀਆਂ ਨੇ। ਰਾਣਾ ਜੀ ਬਹੁਤ ਬਹੁਤ ਧੰਨਵਾਦ, ਕੋਈ ਜਾਂਦੇ ਜਾਂਦੇ ਕਦੀ ਗੱਲ ਕਹਿ ਦਿਓ ਜਿੰਨਾ ਤੁਸੀਂ ਹਸਾ ਦਿੰਦੇ ਲੋਕਾਂ ਨੂੰ ਤੇ ਸਾਡੇ ਵੀ ਦਰਸ਼ਕ ਹੱਸ ਪੈਣਗੇ। ਲਵ ਯੂ ਬਾਈ ਜੀ, ਮੈਂ ਤਾਂ ਇਹ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਸਾਰੇ ਚਿੰਤਾ ਦੇ ਵਿੱਚ ਨੇ, ਬੰਦਾ ਕਹਿੰਦਾ ਕੋਈ ਮੈਨੂੰ ਪਿਆਰ ਨਹੀਂ ਕਰਦਾ, ਮੇਰੀ ਕੋਈ ਨਿੰਦਿਆ ਕਰਦਾ ਜਾਂ ਕੁਛ ਹੋਰ ਕਰਦਾ, ਐਕਚੁਅਲੀ ਅਸੀਂ ਆਪਣੇ ਆਪ ਵੱਲ ਨਹੀਂ ਝਾਕਦੇ, ਖੁਦ ਵੱਲ ਦੇਖਿਆ ਕਰੋ, ਖੁਦ ਨੂੰ ਦੇਖ ਕੇ ਦਿਨ ਦੇ ਵਿੱਚ ਤੁਸੀਂ ਦੋ ਕੁ ਵਾਰ ਸ਼ਾਬਾਸ਼ ਦੇ ਲਿਆ ਕਰੋ। ਮੈਂ ਤਾਂ ਵੱਧ ਭਰ ਦੇ ਲੈਣਾ, ਮੈਂ ਆਪਣੇ ਆਪ ਨੂੰ ਸ਼ੀਸ਼ੇ ਦੇਖ ਕੇ ਬਹੁਤ ਕਹਿੰਦਾ ਰਾਣੇ ਲਵ ਯੂ, ਕਮਾਲ ਕਰੀ ਜਾਂਦਾ, ਬਹੁਤ ਵਧੀਆ ਬਹੁਤ ਅੱਛਾ, ਮਾਂ ਪੁੱਤ ਜੰਮੇ ਦਾ ਤੇਰੇ ਵਰਗਾ ਚਾਹੇ 2 ਘੰਟੇ ਲੇਟ ਹੀ ਜੰਮੇ। ਸੋ ਖੁਦ ਨੂੰ ਤਾਰੀਫ ਕਰਿਆ ਕਰੋ, ਖੁਦ ਨੂੰ ਪਿਆਰ ਕਰਿਆ ਕਰੋ, ਖੁਦ ਨੂੰ ਝਿੜਕਿਆ ਵੀ ਕਰੋ, ਤਾਂ ਫਿਰ ਕਿਸੇ ਦਾ ਝਿੜਕਿਆ ਬੁਰਾ ਨਹੀਂ ਲੱਗਦਾ। ਤੇ ਜੇ ਤੁਸੀਂ ਕਹਿੰਦੇ ਮੈਨੂੰ ਕੋਈ ਪਿਆਰ ਨਹੀਂ ਕਰਦਾ ਕਿਉਂਕਿ ਤੁਸੀਂ ਖੁਦ ਨੂੰ ਪਿਆਰ ਨਹੀਂ ਕਰਦੇ, ਪਹਿਲਾਂ ਖੁਦ ਨੂੰ ਪਿਆਰ ਕਰਨ ਲੱਗ ਜਾਓ, ਬਸ ਇੱਥੋਂ ਆਹ ਇੰਨੀ ਕੁ ਗਿੱਠ ਦਾ ਫਰਕ ਹੈ, ਇੱਥੋਂ ਆਹ ਸ਼ਬਦਾਂ ਕੰਨ 'ਚ ਪਾਉਣੇ ਨੇ ਵੀ ਤੂੰ ਜੋ ਕਰ ਰਿਹਾ ਕਮਾਲ ਕਰ ਰਿਹਾ, ਆਪਣਾ ਬੰਦਾ ਬਣ ਕੇ ਅੱਗੇ ਵਧੀ ਜਾ, ਤੇ ਇੱਥੋਂ ਹੱਥ ਕੱਢਿਆ ਕਰੋ, ਇੱਥੇ ਰੱਖ ਕੇ ਖੁਦ ਨੂੰ ਕਹਿ ਦਿਆ ਕਰ ਜਿਉਂਦਾ ਰਹਿ, ਲੰਬਾ ਜਿਓ, ਤੰਦਰੁਸਤ ਜਿਓ ਤੇ ਆਪਣਾ ਜਿਓ। ਸੋ ਥੈਂਕ ਯੂ ਰਾਣਾ ਜੀ, ਕਦੀ ਫਿਰ ਮੌਕਾ ਮਿਲਿਆ ਫਿਰ ਗੱਲਬਾਤ ਕਰਾਂਗੇ, ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਹੋਰ ਦਿਲਚਸਪ ਜਾਣਕਾਰੀ, ਸ਼ਾਇਰੀ, ਕਥਾ, ਕਹਾਣੀਆਂ ਤੇ ਗੀਤ ਸੰਗੀਤ ਦੀ ਰੋਚਕ ਦੁਨੀਆ ਬਾਰੇ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਫੇਸਬੁੱਕ ਤੇ ਐਸ ਅਸ਼ੋਕ ਪੌਰਾ ਪੇਜ ਵੀ ਲਾਈਕ ਕਰਨਾ ਨਾ ਭੁੱਲਣਾ।